ਦੋਸਤੋ ਕੀ ਹਾਲ ਚਾਲ ਨੇ ਤੁਸੀਂ ਵੇਖ ਰਹੇ ਹੋ ਮਦਰ ਹਸਨ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹਸਨ ਜੋਈਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਜ਼ਰ ਹੁੰਨਾ ਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਮੱਝ ਦੀ ਇਹ ਜੀ ਪਹਿਲਾ ਸਵੇਰ ਮੱਝ ਸੂਈ ਏ ਸੂਈ ਨੂੰ ਇਹਨੂੰ 8 ਮਹੀਨੇ ਹੋ ਗਏ ਦੁੱਧ ਦੇ ਨੇ ਥੱਲੇ 3 ਲੀਟਰ ਏ ਇੱਕ ਟਾਈਮ ਮਿਲਦੀ ਸਵੇਰ ਦੀ ਸਵੇਰ ਤੇ ਕੱਟੇ ਦੇ ਮਿਲਦੀ ਜਨਾਬ ਤੇ ਇਹ ਮੇਰਾ ਕੈਮਰਾਮੈਨ ਤੁਹਾਨੂੰ ਝੋਟੀ ਵਿਖਾ ਦਿੰਦਾ ਹੈ ਅਗਰ ਕਿਸੇ ਬੰਦੇ ਨੂੰ ਪਸੰਦ ਆ ਜਾਏ ਤੇ ਮਦਰ ਹਸਨ ਟੀਵੀ ਨਾਲ ਰਾਬਤਾ ਕਰ ਲਵੇ ਇਹ ਮਾਲਕ ਕਹਿੰਦੇ ਨੇ ਜੀ ਪਰਸੋਂ ਨਵੇਂ ਦੁੱਧ ਕਰਾਈਏ ਅਸੀਂ ਫੰਡਰ ਕਰਕੇ ਦੇਣੀ ਚੋਟੀ ਸੋਹਣੀ ਮਾਸ਼ਾਅੱਲਾ ਜੀ ਇਹਨੂੰ ਸੂਈ ਨੂੰ 8 ਮਹੀਨੇ ਪੱਕੇ ਹੋ ਗਏ ਨੇ ਜੀ ਪੁੱਠਾ ਪਠਾ ਚੰਗਾ ਝੋਟੀ ਦਾ ਜੀ ਦੁੱਧ ਥੋੜਾ 3 ਲੀਟਰ ਦੁੱਧ ਦੇ ਸਿਰਫ 8 ਪੈਰਾਂ ਦਾ ਜੀ 8 ਪੈਰਾਂ 3 ਲੀਟਰ ਦੁੱਧ ਦੇ ਜੀ 8 ਪੈਰਾਂ ਦਾ ਸਿਰਫ ਝੋਟੀ ਕੋਲੇ ਥਾਂ ਚੱਡੇ ਦੀ ਸਾਫ਼ ਏ ਸੋਹਣੀ ਝੋਟੀ ਏ ਸੋਹਣੀ ਅੱਖਾਂ ਚਿੱਟੀਆਂ ਅੱਖਾਂ ਨੇ ਜੀ ਇਹ ਝੋਟੀ ਹੈ ਜੀ ਮੇਰਾ ਕੈਮਰਾਮੈਨ ਤਸल्ली ਕਰਾਏਗਾ ਤੁਹਾਡੀ ਇਹ ਝੋਟੀ ਹੈ ਜੀ ਅਗਰ ਕਿਸੇ ਬੰਦੇ ਨੇ ਪਸੰਦ ਆ ਜਾ ਮਦਰ ਸੰਨ ਟੀਵੀ ਨਾਲ ਰਾਬਤਾ ਕਰ ਲਵੇ ਇਹ ਝੋਟੀ ਲੈ ਲਾਂਗੇ ਲੋਕੇਸ਼ਨ ਮੇਰੀ ਆਰਫ ਵਾਲੇ ਦੀ ਏ ਤਹਿਸੀਲ ਆਰਫ ਵਾਲਾ ਜ਼ਿਲ੍ਹਾ ਫਾਕਪਤਨ ਵਿਖਾ ਦੇ ਨੇ ਵਿਖਾ ਦੇ ਸੁਈ ਨੂੰ ਜੀ 8 ਸਾਲ 8-9 ਮਹੀਨੇ ਹੋ ਗਏ ਹੈ ਇਹ ਝੋਟੀ ਹੈ ਜੀ ਥਾਂ ਨੂੰ ਕਹਿੰਗੇ ਗੁਜ਼ਰਾ ਵਿਖਾ ਦੇ ਵਿਖਾ ਦੇ ਸੱਲੀ ਦਾ ਠੀਕ ਹੋ ਗਿਆ ਬੰਨ ਕੇ ਮਾਈ ਤਰ੍ਹਾਂ ਹਾ ਝੋਟੀ ਪਹਿਲਾ ਸਵੇਰ ਸੋਈ ਹੈ ਜੀ ਪਿੱਛੇ ਦੇ ਕੱਟਾ ਮਾਸ਼ਾਅੱਲਾ ਕੱਟਾ ਵੀ ਡਬਲ ਹੈ ਕੈਮਰਾਮੈਨ ਸਾਹਿਬ ਇਹਦਾ ਕੱਟਾ ਵਿਖਾ ਦਿਓ ਕਰਮਾਂ ਵਾਲੀ ਹਾਂਜੀ ਹਾਂਜੀ ਇਹ ਕੱਟਾ ਜੀ ਇਹਦੇ ਪਿੱਛੇ ਮਾਸ਼ਾਅੱਲਾ ਕੱਟਾ ਵੀ ਵੱਡਾ ਹੈ ਉਧਰ ਨਾ ਜਾ ਇਹ ਕੱਟਾ ਇਹ ਕੱਟਾ ਜੀ ਇਹ ਝੋਟੀ ਦੇ ਮਗਰ ਮੂੰਹ ਖਾਂ ਕੱਟੇ ਬਾਸਪਾ ਬਾਸਪਾ ਇਹ ਕੱਟਾ ਜੀ ਇਸ ਝੋਟੀ ਦੇ ਮਗਰ ਮਾਲਕ ਨੂੰ ਪੁੱਛਾਂਗੇ ਕੀ ਰੇਟ ਨੇ ਕਿੰਨੇ ਦੀ ਕੀ ਸਾਖਤਾ ਵੇ ਕੈਮਰਾਮੈਨ ਸਾਹਿਬ ਤੁਸੀਂ ਝੋਟੀ ਵਿਖਾ ਦਿਓ ਫਿਰ ਤੇ ਕੱਟਾ ਵੀ ਵਿਖਾ ਦਿਓ ਮੈਂ ਭਾਈ ਨਾਲ ਗੱਲ ਕਰ ਲੈਣਾ ਭਾਈ ਜੀ ਆਓ ਹਾ ਇਧਰ ਕੈਮਰਾਮੈਨ ਸਾਹਿਬ ਇਧਰ ਵਿਖਾਓ ਤੁਸੀਂ ਵਾ ਕੱਟਾ ਵਿਖਾਤਾ ਤੇ ਝੋਟੀ ਵਿਖਾ ਲਓ ਹਣ ਤਸੱਲੀ ਨਾਲ ਤਾਂ ਕਿ ਵੀਡੀਓ ਲੰਮੀ ਨਾ ਬਣੇ ਆਪਾਂ ਕੰਮ ਕਾ ਦਈਏ ਤੇ ਆ ਤਾਰਸ਼ਾਰ ਦਾ ਵੀ ਖਿਆਲ ਕਰਾ ਜੇ ਅਸਲਾਮੁਅਲੈਕਮ ਜੀ ਵਾਲੇਕਮ ਥੋੜੇ ਉੱਚੀ ਬੋਲੋ ਜੀ ਵਾਲੇਕਮ ਸਲਾਮ ਜੀ ਕੀ ਹਾਲ ਨੇ ਭਾਈ ਠੀਕ ਹੈ ਜੀ ਅੱਲਾ ਦਾ ਸ਼ੁਕਰ ਅੱਛਾ ਜੀ ਤੁਹਾਡੀ ਇੱਕ ਝੋਟੀ ਵਿਖਾਈਏ ਸਭ ਤੋਂ ਪਹਿਲੇ ਦੱਸੋ ਸਵੇ ਕਿੰਨਾ ਸੋਈ ਇਹ ਪਹਿਲਾ ਸੋਈ ਜੀ ਦੁਬਾਰੇ ਨਹੀਂ ਸੋਈ ਪਹਿਲਾ ਸਵੇਰ ਸੋਈ ਪਹਿਲਾ ਹੀ ਸੋਈ ਹੈ ਇਹਨੇ ਮਗਰ ਕੀ ਇਹਨੇ ਮਰ ਕਟਾ ਹੀ ਵੱਡਾ ਸਾਰਾ ਵੱਡਾ ਸਾਰਾ ਕਟਾ ਹੈ ਕਿੰਨੇ ਮਹੀਨੇ ਹੋ ਗਏ ਸੋਈ ਨੂੰ ਇਹਨੂੰ ਤਕਰੀਬਨ 8 ਮਹੀਨੇ ਹੋ ਗਏ ਸੋਈ ਨੂੰ 8 ਮਹੀਨੇ ਹੋ ਗਏ ਸੋਈ ਨੂੰ ਨਵੇਂ ਦੁੱਧ ਨਹੀਂ ਹੋਈ ਨਵੇਂ ਦੁੱਧ ਪਰਸ ਹੋਈ ਹੈ ਅੱਛਾ ਪਰਸ ਹੋਈ ਨਵੇਂ ਦੁੱਧ ਸਾਈਆਂ ਦੇ ਨਸੀਬ ਅੱਛਾ ਸਾਈਆਂ ਦੇ ਨਸੀਬ ਹਾਂਜੀ ਅੱਛਾ ਦੁੱਧ ਉਹਨਾਂ ਦੱਸਣਾ ਹੈ ਕਿ ਜਿੰਨਾ ਇਹ ਹਾਜ਼ਰ ਟਾਈਮ ਦਿੰਦੀ ਪੀਏ ਕਿੰਨਾ ਦੁੱਧ ਦਿੰਦੀ ਵੀ ਇਹ ਜੀ ਠਪਾਰਾ ਦੁੱਧ ਦੇ ਰਹੀ ਹੈ 3 ਲੀਟਰ ਅੱਛਾ 8 ਪੈਰਾਂ ਦਾ 3 ਲੀਟਰ 3 ਲੀਟਰ ਦੁੱਧ ਸਵੇਰ ਚ ਹੁੰਦੇ ਹੋ ਕਿ ਸ਼ਾਮ ਨੂੰ ਸਵੇਰ ਸਵੇਰ ਅੱਛਾ ਕਿਨੇ ਕੱਟੇ ਤੇ ਕੱਟੇ ਤੇ ਕਿ ਭਾੜੇ ਠੀਕੇ ਨਹੀਂ ਜੀ ਕੱਟੇ ਤੇ ਕੱਟੇ ਤੇ ਅੱਛਾ ਕੱਟੇ ਤੇ 3 ਲੀਟਰ ਦੁੱਧ ਦੇ 3 ਲੀਟਰ ਦੁੱਧ ਅੱਛਾ ਪਿਆਰ ਮੁਹੱਬਤ ਵਾਲੇ ਪੈਸੇ ਜ਼ਿਆਦਾ ਨਹੀਂ ਦੱਸਣੇ ਪਿਆਰ ਮੁਹੱਬਤ ਵਾਲੇ ਦਾ ਮੁੱਲ ਕੀ ਇਹਦਾ ਜੀ 1 ਲੱਖ ਤੇ 40000 ਰੁਪਇਆ 1 ਲੱਖ 40000 ਰੁਪਇਆ 1 ਲੱਖ 40 ਦੇ ਵਿੱਚ ਕੋਈ ਪਿਆਰ ਮੁਹੱਬਤ ਪਾਉਂਗੇ ਥੋੜੀ ਬਹੁਤੀ ਪਾਲਾਂਗੇ ਵੈਸੇ ਮناسب ਪੈਸੇ ਮੰਗੇ ਅੱਛਾ ਪਿਆਰੋ ਬਦਲ ਪਾਲਮੀ ਲਾਜ਼ਮੀ ਤਾਂ ਕਿ ਮੇਰੇ ਬੇਲਿਆਂ ਨੂੰ ਖਰਚਾ ਵਾਵਾ ਪੈਂਦਾ ਤੇ ਥੋੜਾ ਜਿਹਾ ਖਿਆਲ ਕਰ ਲਿਆ ਕਰੋ ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਬੜੀ ਪਸੰਦ ਆਵੇਗੀ ਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਤੇ ਮਾਰੋ ਹੱਥ ਤਾਂ ਕਿ ਮੇਰੀ ਹਰ ਆਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਤਾਂ ਤੁਸੀਂ ਜਨਾਬ ਉਹ ਵੀਡੀਓ ਵੇਖ ਸਕੋ ਨੰਬਰ ਮੇਰਾ 030479 ਪੂਰਾ 776 ਇਹੋ ਹੀ ਮੇਰਾ ਵਟਸਐਪ ਨੰਬਰ ਹੈ ਇਹੀ ਮੇਰਾ ਰਾਪਤਾ ਨੰਬਰ ਹੈ ਹਰ ਵੀਡੀਓ ਦੇ ਥੱਲੇ ਮੇਰਾ ਇਹ ਨੰਬਰ ਲੱਗਿਆ ਹੁੰਦਾ ਜਨਾਬ ਮਿਲਨੇ ਅਗਲੀ ਵੀਡੀਓ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ